ਹਾਂਜੀ ਭੈਣ ਜੀ, ਕੀ ਨਾਮ ਜੀ? ਮੇਰਾ ਨਾਮ ਚਰਨਜੀਤ ਕੌਰ। ਕੀ ਗੱਲਬਾਤ ਕੀ ਹੋਈ ਆ? ਕੱਲ ਵੀਰੇ ਉੱਥੇ ਜਦੋਂ ਸਾਨੂੰ ਪਤਾ ਲੱਗਿਆ ਸੀ ਵੀ ਕੁੜੀ ਦੀ ਮੌਤ ਹੋ ਗਈ ਹੈ, ਤੇ ਅਸੀਂ ਉੱਥੇ ਸਾਰਾ ਪਰਿਵਾਰ ਪਹੁੰਚੇ ਸੀਗੇ। ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਤੇ ਸਾਡੇ ਉਹ ਵੀ ਸਾਡੇ ਨਾਲ ਲੜਾਈ ਕਰਨ ਲੱਗ ਗਏ। ਅਸੀਂ ਉਹ ਵੀ ਬਹੁਤ ਜ਼ਿਆਦਾ ਸਾਡੇ ਵੀ ਉਹ ਮੁੰਡੇ ਉਹਨਾਂ ਦੇ ਖੜੇ ਸੀਗੇ, ਸਾਡੇ ਹੱਥੋਂ ਭਾਈ ਹੋ ਗਏ, ਸਾਡੇ ਗਲ ਪੈ ਗਏ। ਜਦੋਂ ਅਸੀਂ ਉਹਨਾਂ ਨੂੰ ਛਡਾਉਣ ਲੱਗੇ, ਉਹ ਇਹਨਾਂ ਦੀ ਕੁੜੀ ਛੋਟੀ ਨੂੰ ਮਾਰਨ ਲੱਗੇ ਸੀਗੇ, ਜਦੋਂ ਮੈਂ ਉਸ ਕੁੜੀ ਨੂੰ ਛਡਾਉਣ ਲੱਗੀ, ਉਸ ਮੁੰਡੇ ਨੇ ਵੀ ਉਹ ਮੇਰੇ ਗਲ ਪੈ ਗਿਆ। ਉਹਦਾ ਨਾਂ ਜਿੰਦਰ ਸੀਗਾ, ਉਸ ਨੇ ਮੇਰੇ ਮਾਰਿਆ ਅੱਖ ਦੇ ਉੱਤੇ ਵੀ ਮੁੱਕਾ ਮਾਰਿਆ ਜ਼ੋਰ ਦੀ। ਹਾਂਜੀ, ਅਤੇ ਵੀ ਮੇਰੇ ਬਹੁਤ ਜ਼ਿਆਦਾ ਉਦੋਂ ਪੇਨ ਹੋਣ ਲੱਗ ਗਈ ਸੀ, ਮੈਨੂੰ ਤਾਂ ਕੋਈ ਪਤਾ ਨਹੀਂ ਲੱਗਿਆ। ਮੈਂ ਇੱਕ ਸਾਲ 'ਤੇ ਵੀ ਮੈਂ ਤਾਂ ਬੇਹੋਸ਼ ਹੀ ਹੋ ਗਈ ਸੀ। ਤੁਸੀਂ ਕਿਹੜੀ ਲੜਕੀ ਨੂੰ ਛਡਾਉਣ ਗਏ ਸੀ? ਅਸੀਂ ਜਦੋਂ ਉਸਦੀ ਛੋਟੀ ਭੈਣ ਨੂੰ ਮਾਰਨ ਲੱਗੇ ਸੀਗੇ। ਅੱਛਾ। ਉਹਦੀ ਛੋਟੀ ਭੈਣ ਦਾ ਨਾਂ ਜੀਤ ਕੌਰ ਹੈ। ਜਦੋਂ ਉਸ ਨੂੰ ਮਾਰਨ ਲੱਗਿਆ ਮਨਜੀਤ ਕੌਰ ਨੂੰ, ਤੇ ਮੈਂ ਉਹਨੂੰ ਛਡਾਉਣ ਲੱਗੀ, ਉਸ ਮੁੰਡੇ ਨੇ ਮੇਰੇ ਬਾਹ ਤੋਂ ਫੜ ਕੇ ਮੈਨੂੰ ਮਾਰਿਆ। ਕਿਹਦੇ ਘਰ ਗਏ ਸੀ ਤੇ ਕੀ ਮਾਮਲਾ ਕੀ ਸੀਗਾ? ਮਾਮਲਾ ਇਹ ਸੀਗਾ ਵੀਰੇ ਵੀ ਉਹ ਮੁੰਡੇ ਦੇ ਨਾਂ ਸੁਖਵਿੰਦਰ ਸਿੰਘ, ਉਹਦਾ ਨਾਂ ਜਸਵਿੰਦਰ ਸਿੰਘ, ਉਹਨਾਂ ਦੇ ਘਰ ਅਸੀਂ ਗਏ ਸੀ। ਉਹ ਵੀ ਸਾਡੀ ਜਿਹੜੀ ਕੁੜੀ ਸੀਗੀ ਉਹਦੀ ਡੈਥ ਹੋ ਗਈ ਸੀ ਉੱਥੇ, ਤੇ ਅਸੀਂ ਉਹਨਾਂ ਦੇ ਘਰ ਗਏ ਸੀਗੇ। ਅਸੀਂ ਇੱਧਰੋਂ ਮੈਂ ਕਰਸ਼ੈਦਪੁਰੇ ਤੋਂ ਮੈਂਬਰ ਪੰਚਾਇਤ ਹਾਂ, ਅਤੇ ਜਦੋਂ ਸਾਨੂੰ ਨਾਲ ਲੈ ਕੇ ਗਏ ਸੀ, ਅਸੀਂ ਉੱਥੇ ਸਾਰੀ ਗੱਲਬਾਤ ਦਾ ਵੀ ਪਤਾ ਕੀਤਾ ਵੀ ਕੀ ਗੱਲ ਹੈ। ਸਾਡੇ ਨਾਲ ਗੱਲ ਕਰਨ ਦੇ ਬਜਾਏ ਉਹ ਸਾਡੇ ਨਾਲ ਲੜਨ ਲੱਗ ਗਏ ਸਾਰੇ। ਤੁਸੀਂ ਵੀ ਪੁਲਿਸ ਨੂੰ ਕੰਪਲੇਂਟ ਕੀਤੀ ਆ? ਹਾਂਜੀ ਹਾਂਜੀ, ਕੱਲ੍ਹ ਅਸੀਂ ਉੱਥੇ ਵੀ ਸਿੰਧੂ ਅੰਬੇਟ ਥਾਣੇ ਗਏ ਸੀ, ਉਹਨਾਂ ਥਾਣੇ ਵਾਲਿਆਂ ਨੇ ਸਾਡੇ ਵੀ ਇੱਧਰ ਕਹਿੰਦੇ ਵੀ ਤੁਹਾਡਾ ਮਹਿਤਪੁਰ ਥਾਣਾ ਹੈਗਾ ਇਹਨਾਂ ਦਾ, ਜਲੰਧਰ ਜ਼ਿਲ੍ਹਾ ਲੱਗਦਾ। ਅਸੀਂ ਫਿਰ ਉੱਥੇ ਸਾਰੀ ਗੱਲਬਾਤ ਕੀਤੀ, ਉਹ ਇੰਨੇ ਚਿਰ ਨੂੰ ਜਦ ਤੱਕ ਵੀ ਜੇ ਅਜੇ ਸਾਡੇ ਵੀ ਉਹਨਾਂ ਨੇ ਹੋਰ ਗੱਲ ਪੈਣਾ ਸੀ, ਉਹ ਜਿਹੜਾ ਜਿੰਦਰ ਮੁੰਡਾ ਸੀ ਉਹ ਭੱਜ ਕੇ ਅੰਦਰੋਂ ਦਾਤਰ ਚੁੱਕਣ ਗਿਆ ਸੀ, ਇੰਨੀ ਦੇਰ ਤੱਕ ਮੁਲਾਜ਼ਮ ਪਹੁੰਚ ਗਿਆ, ਨਹੀਂ ਤਾਂ ਉੱਥੇ ਹੋਰ ਬਹੁਤ ਜ਼ਿਆਦਾ ਸੱਟਾਂ ਲੱਗਣੀਆਂ ਸੀਗੀਆਂ। ਹੁਣ ਕੀ ਮੰਗ ਕਰਦੇ ਤੁਸੀਂ? ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ, ਜੋ ਉਹਨਾਂ ਨੇ ਸਾਡੇ 'ਤੇ ਸੱਟਾਂ ਮਾਰੀਆਂ ਨੇ, ਜੇ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੀ ਜਾਵੇ। ਜਿਹੜੀ ਕੁੜੀ ਦਾ ਕਤਲ ਹੋਇਆ, ਕੀ ਮਾਮਲਾ, ਕੀ ਨਾਮ ਆ ਉਹਦਾ? ਉਹਦਾ ਨਾਂ ਹੈਗਾ ਨਵਜੋਤ ਕੌਰ। ਹਾਂਜੀ, ਨਵਜੋਤ ਕੌਰ ਹੈਗਾ ਉਹਦਾ। ਕੀ ਨਾਮ ਹੈ ਕੁੜੀ ਦਾ? ਕੁੜੀ ਦਾ ਨਾਮ ਨਵਜੋਤ ਕੌਰ। ਅੱਛਾ ਜੀ, ਬੱਚਾ ਉਹਨਾਂ ਦਾ? ਬੱਚਾ ਉਹਦਾ 6 ਮਹੀਨਿਆਂ ਦਾ, ਛੋਟਾ ਜਿਹਾ ਬੱਚਾ ਹੈਗਾ। ਅੱਛਾ ਜੀ, ਕੀ ਕਾਰਨ ਕੀ ਲੱਗਦਾ ਕਿ ਜਿਹੜਾ ਇਹ ਇਸ ਤਰ੍ਹਾਂ ਦਾ ਕਦਮ ਚੱਕਿਆ ਗਿਆ ਮੁੰਡੇ ਵੱਲੋਂ? ਵੀਰੇ ਕੱਟ ਕੇ ਮਾਰਿਆ। ਹਾਂ, ਉਹਨਾਂ ਨੇ ਵੀ ਸਾਨੂੰ ਇੱਦਾਂ ਲੱਗਿਆ ਜੇ ਕੱਲ੍ਹ ਵੀ ਅਸੀਂ ਜਾ ਕੇ ਦੇਖਿਆ ਸੀਗਾ ਉਹਦੇ ਕੋਈ ਵੀ ਇੱਦਾਂ ਦਾ, ਉਹ ਕਹਿੰਦੇ ਸੀ ਵੀ ਦਵਾਈ ਪੀਤੀ ਇਹਨੇ ਕੁੜੀ ਨੇ, ਕੋਈ ਸਾਨੂੰ ਦਵਾਈ ਦਾ ਮਸਲਾ ਨਹੀਂ ਮਿਲਿਆ। ਉਹਦੇ ਜੋ ਵੀ ਗੱਲ ਸੀਗੀ, ਉਹਦੇ ਸੱਟਾਂ ਮਾਰੀਆਂ ਗਈਆਂ ਸੀ, ਉਹਦੀ ਤੌਣ ਕੁੱਟੀ ਹੋਈ ਸੀਗੀ, ਅਤੇ ਅਸੀਂ ਇਹੀ ਗੱਲ ਕਰਦੇ ਸੀ ਵੀ ਸਾਡੀ ਕੁੜੀ ਇੱਦਾਂ ਦੀ, ਕਦੇ ਉਹਨੇ ਦਵਾਈ ਦਾ ਗੱਲਬਾਤ ਨਹੀਂ ਕੀਤੀ ਸੀ ਸਾਡੇ ਨਾਲ ਵੀ ਉਹ ਕਦੇ ਦਵਾਈ ਇੱਦਾਂ ਦਾ ਪੀ ਸਕਦੀ ਹੈ, ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ। ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ ਘੁੱਟ ਕੇ ਮਾਰਿਆ। ਜਦੋਂ ਕੁੜੀ ਦੀ ਮੌਤ ਹੋ ਗਈ ਉਦੋਂ ਉਹਨਾਂ ਨੇ ਸਾਨੂੰ ਦੱਸਿਆ, ਉਹਨਾਂ ਸਾਨੂੰ ਪਹਿਲੇ ਨਹੀਂ ਦੱਸਿਆ। ਉਹਨਾਂ ਨੂੰ ਇਹ ਡਰ ਸੀਗਾ ਜੇਕਰ ਕੁੜੀ ਵੀ ਜਿਉਂਦੀ ਕੁੜੀ 'ਤੇ ਪਹੁੰਚ ਗਏ ਤਾਂ ਕੋਈ ਕੁੜੀ ਬਿਆਨ ਨਾ ਦੇ ਜਾਵੇ। ਪਹਿਲਾਂ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ? ਹਾਂਜੀ ਹਾਂਜੀ, ਪਹਿਲੇ ਵੀ ਕਰਦੇ ਸੀਗੇ। ਖਰਾਬ ਹੋਵੇ ਪਰ ਉਹਨੇ ਇਹ ਗੱਲ ਦੋ ਵਾਰੀ ਆਪਦੇ ਮੰਮੀ ਡੈਡੀ ਨੂੰ ਕੀਤੀ ਆ ਵੀ ਮੇਰੇ ਕੋਲ ਗੱਡੀ ਦੀ ਮੰਗ ਕਰਦੇ ਆ, ਮੈਨੂੰ ਦਾਜ ਕਰਕੇ ਪਰੇਸ਼ਾਨ ਕਰਦੇ ਨੇ। ਹਾਂਜੀ ਹਾਂਜੀ ਸਰ। ਸਰ ਕੀ ਮਾਮਲਾ ਜੀ ਇਹ? ਇਹ ਕੱਲ੍ਹ ਸਾਨੂੰ ਇੱਕ ਫੋਨ ਆਇਆ ਉੱਥੋਂ ਪਿੰਡ 'ਚੋਂ ਜੀ। ਕਿਹੜੇ ਪਿੰਡ 'ਚੋਂ? ਛੋਲਿਆਂ ਪਿੰਡ 'ਚੋਂ। ਅੱਛਾ ਜੀ। ਉਹ ਕਹਿੰਦੇ ਕਿ ਇੱਦਾਂ ਕਰਕੇ ਆਪਣੇ ਇੱਕ ਇੱਥੇ ਕੁੜੀ ਨੇ ਸੂਸਾਈਡ ਕਰ ਲਿਆ ਆ, ਥਾਣੇ ਸਰਕਾਰੀ ਫੋਨ 'ਤੇ ਫੋਨ ਆਇਆ। ਅਸੀਂ ਫਿਰ ਉਹ ਦੇਖੇ ਗਏ, ਐਸ ਐਚ ਓ ਸਾਹਿਬ ਗਏ ਮੌਕੇ 'ਤੇ, ਅਸੀਂ ਗਏ ਆਪਣੀ ਟੀਮ ਲੈ ਕੇ ਪੂਰੀ। ਕੱਢ ਜਾਂਦਿਆਂ ਨੂੰ ਉਹਦੀ ਕੁੜੀ ਦੀ ਡੈੱਡ ਬੋਡੀ ਮੰਜੇ 'ਤੇ ਪਈ ਸੀਗੀ। ਅੱਛਾ ਜੀ। ਅਸੀਂ ਉੱਥੇ ਮੰਜੇ 'ਤੇ ਉਹਦੀ ਫੋਟੋਆਂ ਵਗੈਰਾ ਖਿੱਚ ਕੇ ਅਤੇ ਅਸੀਂ ਆਪਣੇ ਨੂੰ ਇਨਵੈਸਟੀਗੇਸ਼ਨ ਵਾਸਤੇ ਹੋਸਪਿਟਲ ਦੀ ਮੋਚਰੀ 'ਚ ਜਮ੍ਹਾਂ ਕਰਾ ਦਿੱਤਾ। ਥਾਣੇਦਾਰ ਜੀ, ਜਦੋਂ ਤੁਸੀਂ ਪਿੰਡ ਪਹੁੰਚੇ ਹੋ ਉੱਥੇ ਲੜਾਈ ਵੀ ਹੋ ਰਹੀ ਸੀਗੀ ਸਾਡੇ ਲੜਕੀ ਪੱਖ ਨਾਲ?
ਦੋਨੇ ਤਰ੍ਹਾਂ ਲੜਨ ਦਈਆਂ ਸੀਗੇ। ਅੱਛਾ ਜੀ। ਜਦੋਂ ਅਸੀਂ ਗਏ ਹਾਂ ਦੋਵਾਂ ਨੂੰ ਫਿਰ ਛਡਾਇਆ, ਛਡਾਉਣ ਤੋਂ ਬਾਅਦ ਜਦ ਫਿਰ ਇਹਨਾਂ ਨੂੰ ਕੁੜੀ ਦੇ ਸਹੁਰੇ ਨੂੰ, ਘਰ ਵਾਲੇ ਨੂੰ ਅਤੇ ਸੱਸ ਨੂੰ ਅਸੀਂ ਇੱਕ ਕਮਰੇ 'ਚ ਸੈੱਟ ਕਰਕੇ ਨਾਲ ਆਪਣੀ ਮੁਲਾਜ਼ਮ ਬਿਠਾਈ ਉੱਥੇ, ਮੁੜ ਕੇ ਅਸੀਂ ਫਿਰ ਇਹਨਾਂ ਨੂੰ ਸੈਟਿਸਫਾਈ ਕਰਾ ਕੇ ਅਤੇ ਇਹਨਾਂ ਨੂੰ ਲੈ ਕੇ ਥਾਣੇ ਆ ਗਏ, ਨਾਲ ਹੀ ਡੈੱਡ ਬੋਡੀ ਲੈ ਕੇ ਆ ਗਏ ਨੇ ਜੀ। ਸਰ ਇਹ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਲੜਕੀ ਦਾ ਕਤਲ ਕੀਤਾ ਗਿਆ, ਕੁੱਟ ਕੁੱਟ ਕੇ ਜਿਹੜਾ ਹੈਗਾ ਮਾਰਿਆ ਗਿਆ ਹੈਗਾ। ਸਾਨੂੰ ਤਾਂ ਇਹ ਇਨਫੋਰਮੇਸ਼ਨ ਆਈ ਸੀਗੀ ਕਿ ਲੜਕੀ ਨੇ ਸੁਸਾਈਡ ਕੀਤਾ ਕਿ ਆਪਣੇ ਦਵਾਈ ਪੀਤੀ ਆ। ਕੋਈ ਸੁਸਾਈਡ ਨੋਟ ਮਿਲਿਆ ਉੱਥੋਂ ਤੁਹਾਨੂੰ? ਨਾ ਜੀ, ਕੋਈ ਨਹੀਂ ਮਿਲਿਆ। ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ 306 ਦਾ ਪਰਚਾ ਦਿੱਤਾ ਜੀ। ਅਤੇ ਪਰਿਵਾਰ ਪੱਖ ਵਾਲੇ ਕਹਿ ਰਹੇ ਆ ਕਿ ਇੱਕ ਬੰਦਾ ਹੋ ਰਿਹਾ ਜਿਹਦਾ ਨਾਮ ਹਰਜਿੰਦਰ ਸਿੰਘ ਆ, ਉਹਨੇ ਉੱਥੇ ਜਿਹੜੀਆਂ ਪਰਿਵਾਰ ਦੀਆਂ ਲੜਕੀ ਪੱਖ ਦੀਆਂ ਔਰਤਾਂ ਉਹਨਾਂ ਦੇ ਉੱਤੇ ਵੀ ਵਾਰ ਕੀਤਾ ਹੈਗਾ, ਉਹਨਾਂ ਦੇ ਸੱਟਾਂ ਲੱਗੀਆਂ, ਉਹਦੇ 'ਤੇ ਕੀ ਕਾਰਵਾਈ ਕੀਤੀ? ਹਰਜਿੰਦਰ ਸਿੰਘ ਕੱਲ੍ਹ ਦਾ ਸਾਨੂੰ ਕੋਈ ਲਿਖਾਇਆ ਨਹੀਂ, ਇਹਨਾਂ ਨੇ ਜੋ ਬਿਆਨਾਂ 'ਚ ਸਾਨੂੰ ਲਿਖਾਏ, ਤਿੰਨਾਂ ਬੰਦੇ ਮੈਨਸ਼ਨ ਕੀਤੇ ਆ ਸਾਡੇ ਕੋਲ ਉੱਥੇ। ਇਹਨਾਂ ਦਾ ਪੂਰਾ ਪਿੰਡ ਬੈਠਾ ਗਿਆ, ਦੋ ਸਰਪੰਚ, ਸਾਬਕਾ ਸਰਪੰਚ, ਸਾਰੇ ਪਿੰਡ ਬੈਠੇ ਗਏ, 40-50 ਬੰਦੇ ਸਾਡੇ ਕੋਲ ਬੈਠੇ, ਸ਼ਾਮ ਤੱਕ 7 ਵਜੇ ਤੱਕ ਬੈਠੇ ਰਹੇ ਆ। ਜੋ ਇਹਨਾਂ ਨੇ ਬਿਆਨ ਦਿੱਤੇ ਆ, ਜਸਪਾਲ ਸਿੰਘ ਨੇ, ਸੁਰਿੰਦਰ ਸਿੰਘ ਜੀ ਆ ਜੀ, ਸੁਰਿੰਦਰ ਸਿੰਘ ਨੇ ਜੋ ਬਿਆਨ ਦਿੱਤੇ ਉਹ ਬਿਆਨਾਂ 'ਤੇ ਇਹਨਾਂ ਦੇ ਪਰਚਾ ਕਾਰਵਾਈ ਕਰਤੀ ਆਪਾਂ, ਤਿੰਨਾਂ ਬਜਾਣਿਆਂ 'ਤੇ, ਸੱਸ 'ਤੇ, ਸਹੁਰੇ 'ਤੇ ਅਤੇ ਮੁੰਡੇ 'ਤੇ। ਠੀਕ ਹੈ ਜੀ। ਹਾਂਜੀ।